ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਡਲ ਟੀਵੀ, ਮੈਂ ਹਰਜਸੀਤ ਕੌਰ। ਬੀਤੀ ਸ਼ਾਮ ਔਕਲੈਂਡ ਦੇ ਵਿੱਚ ਸਟੇਟ ਹਾਈਵੇ 1 ਦੇ ਉੱਤੇ ਭਿਆਨਕ ਸੜਕ ਹਾਦਸਾ ਹੋਇਆ, ਜਿਸ ਤੋਂ ਬਾਅਦ ਇਸ ਸੜਕ ਹਾਦਸੇ ਦੇ ਵਿੱਚ 3 ਜਣੇ ਦੀ ਮੌਤ ਹੋਈ ਅਤੇ ਕਈ ਜਣੇ ਗੰਭੀਰ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਇਹ ਹਾਦਸਾ ਰਾਮਾਰਾਮਾ ਅਤੇ ਬੋਂਬੇ ਦੇ ਵਿਚਾਲੇ ਸਟੇਟ ਹਾਈਵੇ 1 ਦੇ ਉੱਤੇ ਦੁਪਹਿਰ 1:47 ਦੇ ਕਰੀਬ ਹੋਇਆ, ਜਦੋਂ ਐਮਰਜੈਂਸੀ ਸਰਵਿਸਿਜ਼ ਨੂੰ ਮੌਕੇ 'ਤੇ ਬੁਲਾਇਆ ਗਿਆ। ਮੌਕੇ 'ਤੇ ਕਈ ਐਂਬੂਲੈਂਸਾਂ, ਇੱਕ ਹੈਲੀਕਾਪਟਰ ਅਤੇ ਰੈਪਿਡ ਰਿਸਪੋਂਸ ਯੂਨਿਟ ਵੀ ਮੌਜੂਦ ਸੀ। ਇਹ ਹਾਦਸਾ ਇੰਨਾ ਖਤਰਨਾਕ ਸੀ ਕਿ ਇੱਕ ਟਰੱਕ ਜਿਸਦਾ ਟਾਇਰ ਫਟਿਆ ਅਤੇ ਇਹ ਬੇਕਾਬੂ ਹੁੰਦਾ ਹੋਇਆ ਦੂਜੇ ਪਾਸੇ ਆ ਰਹੀਆਂ ਕਾਰਾਂ ਦੇ ਵਿੱਚ ਜਾ ਟਕਰਾਇਆ। ਇਹ ਹਾਦਸਾ ਇੱਕ ਟਰੱਕ, ਇੱਕ ਵੈਨ ਅਤੇ 2 ਹੋਰ ਕਾਰਾਂ ਦੇ ਵਿਚਕਾਰ ਹੋਇਆ ਦੱਸਿਆ ਜਾ ਰਿਹਾ। ਵੈਨ ਦੇ ਵਿੱਚ ਮੌਜੂਦ 3 ਜਣਿਆਂ ਦੀ ਮੌਕੇ 'ਤੇ ਮੌਤ ਹੋਈ ਦੱਸੀ ਜਾ ਰਹੀ ਹੈ ਅਤੇ ਇਸ ਦੇ ਵਿੱਚ ਨਵੀਂ ਜਾਣਕਾਰੀ ਵੀ ਸਾਹਮਣੇ ਆਈ ਕਿ ਇਹ 3 ਪ੍ਰਵਾਸੀ ਕਰਮਚਾਰੀ ਸਨ। ਪੁਲਿਸ ਦੇ ਮੁਤਾਬਿਕ 8 ਜਣੇ ਇਸ ਦੇ ਵਿੱਚ ਗੰਭੀਰ ਜ਼ਖਮੀ ਹੋਏ ਦੱਸੇ ਜਾ ਰਹੇ ਨੇ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਫਿਲਹਾਲ ਇਸ ਹਾਦਸੇ ਦੀ ਜਾਂਚ ਜਾਰੀ ਹੈ। ਕੱਲ੍ਹ ਬੀਤੇ ਦਿਨ ਪੂਰੀ ਰਾਤ ਅਤੇ ਦਿਨ ਇਸ ਸਟੇਟ ਹਾਈਵੇ 1 ਦੇ ਸੈਕਸ਼ਨ ਨੂੰ ਬੰਦ ਰੱਖਿਆ ਗਿਆ, ਹਾਲਾਂਕਿ ਅੱਜ ਇਸ ਨੂੰ ਦੁਬਾਰਾ ਤੋਂ ਖੋਲ੍ਹ ਦਿੱਤਾ ਗਿਆ।